पंजाब में लोकसभा चुनाव का चुनावी अखाड़ा पूरी तरह से गर्मा चुका है, जिसके चलते विभिन्न राजनीतिक पार्टियों अपने उम्मीदवार घोषित कर रही है। इसी के चलते ही आज शिरोमणि अकाली दल ने संगरूर लोकसभा सीट से पार्टी के पूर्व कैबिनेट मंत्री परविंदर सिंह ढींडसा को आज अपना प्रत्याशी घोषित कर दिया है। इसके साथ ही पार्टी अब तक पंजाब में अपने 6 सीटों पर उम्मीदवार घोषित कर चुकी है, जिसमें खरूर साहब से बीबी जागीर कौर, जलंधर चरणजीत सिंह गढ़वाल, आनंदपुर साहिब से प्रेम सिंह चंदूमाजरा, पटियाला से पूर्व मंत्री सुरजीत सिंह रखड़ा, फतेहगढ़ साहिब से पूर्व आईएएस दरबारा सिंह गुरु उम्मीदवार बनाया है। इसी के चलते लुधियाना सीट से लोक इंसाफ पार्टी ने सिमरजीत सिंह बैस को प्रत्याशी घोषित किया है। लोक इंसाफ पार्टी के लुधियाना स्थित कार्यालय में इसकी घोषणा कर दी गई है। बैस पिछली बार भी लोकसभा चुनाव लड़ रहे थे और 2 लाख वोट हासिल हुए थे। गौरतलब है कि पिछली चुनाव में कांग्रेस के रवनीत बिट्टू पहले, आम आदमी पार्टी के एचएस फुलका दूसरे और शहीद के मनप्रीत तीसरे और सिमरजीत बैस चौथे स्थान पर रहे थे। ਜਿਹਦੇ ਵਿੱਚ ਪੰਜਾਬ ਦੇ ਉਹ ਹੱਕੀ ਯੋਧੇ ਪੰਜਾਬ ਦੀਆਂ ਉਹ ਪਾਰਟੀਆਂ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਕੂਕ ਦੀ ਰਾਖੀ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਹਮੇਸ਼ਾ ਮਾਫੀਆ ਤੇ ਕਰਪਸ਼ਨ ਦੇ ਖਿਲਾਫ ਗੱਲ ਕੀਤੀ ਹੈ। ਮੈਂ ਧੰਨਵਾਦ ਕਰਦਾ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ, ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦਾ, ਜਿਨ੍ਹਾਂ ਨੇ ਮੈਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਐਲਾਨਿਆ। ਮੈਂ ਲੋਕਾਂ ਦੀਆਂ ਉਮੀਦਾਂ ਤੇ ਹਮੇਸ਼ਾ ਯਤਨ ਕੀਤਾ ਉਸ ਭਗਵਾਨ ਵਾਹਿਗੁਰੂ ਦੀ ਕਿਰਪਾ ਸਦਕਾ, ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਭਾਵਨਾ ਤੁਸੀਂ ਮੇਰੇ 'ਚ ਪ੍ਰਗਟ ਕਰੋਗੇ ਕਦੇ ਉਹਦੇ ਵਿੱਚ ਖੋਟ, ਉਹਦੇ ਵਿੱਚ ਕੋਈ ਕਮੀ ਨਹੀਂ ਹੋਏਗੀ। ਜਿਹੜਾ ਕਰਪਸ਼ਨ ਦੇ ਖਿਲਾਫ, ਜਿਹੜਾ ਮਾਫੀਏ ਦੇ ਖਿਲਾਫ, ਜਿਹੜਾ ਪੰਜਾਬ ਦੀ ਧਰਤੀ 'ਤੇ ਚਿੱਟੇ ਦੇ ਵਰ ਖਿਲਾਫ ਲੋਕ ਇਨਸਾਫ ਪਾਰਟੀ ਨੇ ਅੰਦੋਲਨ ਸ਼ੁਰੂ ਕੀਤਾ, ਮੈਂ ਆਖਰੀ ਦਮ ਤੱਕ ਉਸ ਅੰਦੋਲਨ ਦੇ ਉੱਤੇ ਕੰਮ ਕਰਦਾ ਰਹਾਂਗਾ। ਲੁਧਿਆਣਾ ਦੇ ਵਿੱਚ ਪਿਛਲੇ 5 ਸਾਲਾਂ ਦੇ ਅੰਦਰ ਅਗਰ ਕੋਈ ਕਾਮ ਕੀਆ ਹੋਤਾ ਸਰਕਾਰਯੋਗ ਐਮ ਪੀ ਸਾਹਿਬ ਨੇ, ਤੋ ਉਨਕੋ ਬੜੇ ਬੜੇ ਬੋਰਡ ਲਗਾਨੇ ਕੀ ਜ਼ਰੂਰਤ ਨਾ ਪੜਤੀ, ਤੋ ਫਿਰ ਲੋਕ ਪ੍ਰਚਾਰਕ ਬਨ ਜਾਤੇ ਹੈ, ਨੁਮਾਇੰਦੇ ਕੀ ਪ੍ਰਾਪਤੀਆਂ ਲੋਕ ਬੋਲਤੇ ਹੈ। ਤੋ ਆਜ ਮੈਂ ਬੋਲੂੰ ਲੋਕ ਬੋਲੇ ਯੇ ਬਾਤ ਅਲੱਗ ਹੈ। ਆਜ ਕਾਂਗਰਸ ਪਾਰਟੀ ਕੇ 6-6 ਵਾਰ ਕੇ ਐਮ ਐਲ ਏ, ਕਾਂਗਰਸ ਪਾਰਟੀ ਕੇ ਸੀਨੀਅਰ ਲੀਡਰ ਇਹ ਬਾਤ ਬੋਲ ਰਹੇ ਕਿ ਹਮਾਰੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਕਾ ਬੇੜਾ ਗਰਕ ਕਰ ਦਿਆ। ਤੋ ਬਈ ਇਹ ਜੋ ਨੁਮਾਇੰਦੇ ਹੋਤੇ ਹੈ, ਜੇ ਦਿਨ ਮੇ 3-3 ਵਾਰ ਸੂਟ ਬਦਲਨੇ ਕੇ ਲੀਏ ਨਹੀਂ, ਬਾਸਕਿਟ ਬਦਲਨੇ ਕੇ ਲੀਏ ਹੋਤੇ, ਇਹ ਲੋਕੋਂ ਕੀ ਦਿੱਕਤੇ। ਮੈਂ ਬਹੁਤ ਸੇ ਗਾਓਂ ਮੇ ਗਿਆ, ਬਹੁਤ ਸੇ ਸ਼ਹਿਰ ਕੇ ਮਹੱਲੋਂ ਮੇ ਗਿਆ, ਤੋ ਮੈਨੇ ਪੂਛਾ ਕਿ ਐਮ ਪੀ ਸਾਹਿਬ ਕਾ ਬਤਾਓ ਕਿਸੀ ਨੇ ਕੋਈ ਕਾਮ ਕਰਾਇਆ, ਤੋ ਕੋਈ ਨਹੀਂ ਹੱਥ ਖੜਾ ਕਰਤਾ। ਤੋ ਮੈਂ ਪੁੱਛਦਾ ਹੂੰ, ਅੱਛਾ ਇਹ ਬਤਾਓ ਕਿ ਐਮ ਪੀ ਸਾਹਿਬ ਕਾ ਦਫ਼ਤਰ ਕਹਾਂ ਹੈ। ਤੋ ਇੱਕ ਵੀ ਬੰਦੇ ਨੇ ਪੂਰੀ ਲੋਕ ਸਭਾ ਮੇ ਮੇਰੇ ਕੋਲ ਇਹ ਨਹੀਂ ਬਤਾਇਆ ਕਿ ਐਮ ਪੀ ਕਾ ਦਫ਼ਤਰ ਕਹਾਂ। ਅਗਰ ਕੋਈ ਦਫ਼ਤਰ ਹੋਗਾ, ਕੋਈ ਬੈਠੇਗਾ ਐਮ ਪੀ ਲੋਕੋਂ ਕੀ ਸਮੱਸਿਆ ਕਾ ਰਿਡਰੈਸਲ ਕਰੇਗਾ, ਤੋ ਦਫ਼ਤਰ। ਤੋ ਮੈਂ ਲੁਧਿਆਣਾ ਕੇ ਵੋਟਰ ਕਾ, ਪੰਜਾਬ ਕੇ ਲੋਕੋਂ ਕਾ, ਪੂਰੀ ਦੁਨੀਆ ਮੇ ਵਸਤੇ ਪੰਜਾਬੀਓਂ ਕਾ ਧੰਨਵਾਦ ਕਰਤਾ ਹੂੰ ਕਿ ਜੋ ਵੋਟ ਆਪ ਮੇਰੇ ਕੋ ਡਾਲੋਗੇ, ਆਪਕੀ ਵੋਟ ਕੇ ਸਾਥ ਧੋਖਾ ਨਹੀਂ ਹੋਗਾ, ਧੰਦਾ ਨਹੀਂ ਹੋਗਾ। ਪੰਜਾਬ ਮੇ ਆਪਕੀ ਲਾਈਨ ਜੋ ਹੈ ਸੈਂਟਰ ਮੇ ਕਿਸ ਅਗਰ ਆਏਗੀ ਸੱਤਾ ਮੇ ਕਿਸੇ ਆਪ ਸੈਟ ਕਰੇਗੇ? ਬੀਜੇਪੀ ਔਰ ਅਕਾਲੀ ਦਲ ਐਂਡ ਕਾਂਗਰਸ ਕੇ ਇਲਾਵਾ ਜੋ ਅੱਛੀ ਸਟੇਟ ਪਾਰਟੀਓਂ ਕਾ ਕੋਈ ਫੋਰਮ ਬਨੇਗਾ ਨਾ, ਜੈਸੇ ਹਮਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਯੇ ਅਨਾਊਂਸ ਕੀਆ ਹੈ ਕਿ ਦੇਸ਼ ਕੀ ਪ੍ਰਧਾਨ ਮੰਤਰੀ ਦਲਿਤ ਕੇ ਪਰਿਵਾਰ ਕੀ ਬਸਪਾ ਕੀ ਮੁੱਖ ਜੋ ਐਕਸ ਸੀਐਮ ਹੈ ਉੱਤਰ ਪ੍ਰਦੇਸ਼ ਕੇ, ਤੋ ਹਮਨੇ ਉਨਕੋ ਅਨਾਊਂਸ ਕੀਆ ਕਿ ਵੋ ਦਲਿਤ ਔਰ ਗਰੀਬ ਪਰਿਵਾਰ ਕੀ ਬੇਟੀ, ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ, ਤੋ ਹਮ ਉਨਕੋ ਸਪੋਰਟ ਕਰੇਂਗੇ। ਤੋ ਜੋ ਸਟੇਟ ਕੀ ਬਾਤ ਕਰੇਗਾ, ਜੋ ਸਟੇਟੋਂ ਕੇ ਲੀਏ ਜ਼ਿਆਦਾ ਅਧਿਕਾਰੋਂ ਕੀ ਬਾਤ ਕਰੇਗਾ, ਜੋ ਦੇਸ਼ ਕੇ ਏਕਤਾ ਔਰ ਖੰਡਤਾ ਕੀ ਬਾਤ ਕਰੇਗਾ, ਜੋ ਦੇਸ਼ ਮੇ ਅਰਾਜਕਤਾ ਔਰ ਫਿਰਕੂਵਾਦ ਨਹੀਂ ਫੈਲਾਏਗਾ, ਤੋ ਹਮ ਉਸਕੀ ਸਪੋਰਟ ਕਰੇਂਗੇ। ਤੋ ਲੜੀ ਨਹੀਂ ਨਾ ਇਲੈਕਸ਼ਨ, ਤੋ ਕੈਸੇ? ਤੋ ਕਿਆ ਹੋ ਗਿਆ ਅਗਰ ਇਲੈਕਸ਼ਨ ਨਹੀਂ ਲੜ ਰਹੇ? ਪ੍ਰਧਾਨ ਮੰਤਰੀ ਜੀ ਇਲੈਕਸ਼ਨ, ਮਨਮੋਹਨ ਸਿੰਘ ਜੀ ਕਿਆ ਲੜੇ ਥੇ ਇਲੈਕਸ਼ਨ? ਆਪਕੋ ਯਾਦ ਨਹੀਂ ਹੋਗਾ, ਵੋ ਵੀ ਇਲੈਕਸ਼ਨ ਨਹੀਂ ਲੜਤੇ, ਰਾਜ ਸਭਾ ਸੇ ਪ੍ਰਧਾਨ ਮੰਤਰੀ ਬਣ ਗਏ। ਚੌਥੀ ਸੀਟ ਜਿਹੜੀ ਆਪਣੀ ਅੰਮ੍ਰਿਤਸਰ ਦੀ ਆ, ਉਹ ਅੰਮ੍ਰਿਤਸਰ ਦੀ ਸੀਟ ਵਿਦ ਇਨ 2 ਡੇਜ਼ ਅਨਾਊਂਸ ਕਰ ਦਿਆਂਗੇ ਅੰਮ੍ਰਿਤਸਰ ਜਾ ਕੇ। ਜਿਹੜਾ ਪੁਨੀਤ ਬਾਬਾ ਜੀ ਦਾ ਸਵਾਲ, ਲੋਕ ਇਨਸਾਫ ਪਾਰਟੀ ਦਾ ਅੱਜ ਜਿਹੜਾ ਸੰਗਤ ਪ੍ਰਤੀ ਸੇਵਾ ਦਾ ਮਿਸ਼ਨ, ਜਿਹੜਾ ਕਰਪਸ਼ਨ ਦੇ ਖਿਲਾਫ ਸੰਘਰਸ਼ ਹੈ, ਉਹਦੇ ਕਰਕੇ ਲੋਕ ਇਨਸਾਫ ਪਾਰਟੀ ਪੰਜਾਬੀਆਂ ਦੀ ਹਰਮਨ ਪਿਆਰਤਾ,
अज लोक इंसाफ पार्टी के बंद लैके जाने लिए कांग्रेस की नैशनल जी पार्टी है अज वह तैयार है। अज स्टेट के अपना वजूद गवा चुकी पार्टियां लोक इंसाफ पार्टी के लोगों ले जाने लिए तैयार है। पर मैं बाबा जी एक गल दसांगा कि लोक इंसाफ पार्टी एक सोच है, वह सोच जे सिमरजीत बैंस छड़ जाएगा, वह सोच जे सरप्रस्त बलविंदर सिंह बैंस के इन्होंने साथियों जो कोई छड़ जाएगा तो खत्म है। लोक इंसाफ पार्टी को सोच है, वह सोच जी सच्चाई के रस्ते से चल के करप्शन के खिलाफ संघर्ष वाली है। इस करके कोई सज्जन इस सोच न छड़ के चलिया जाए वो वोटर के उत्ते कोई नैगेटिव प्रभाव नहीं। मैं उही कह रहा कि कोई बंदा सोच छड़ के चलिया जाए वोटर के उत्ते कोई प्रभाव नहीं। वोटर एकजुट होकर अपना फैसला देगा, कोई प्रभाव नहीं, कोई प्रभाव नहीं पार्टी के उत्ते वोटर के उत्ते कोई प्रभाव नहीं। इस इलेक्शन में नेशनल लेवल पे क्या मुद्दे हैं आपको लगता है कि जो सरकार देश के विच एकता और अखंडता, देश में जो धर्मों को बांट के राजनीति की जाती है उसका समाप्ति करना, और देश में झूठ के बलबूते के ऊपर सरकार 2.5 करोड़ लोगों को नौकरी देंगे, स्वामीनाथन कमीशन रिपोर्ट लागू करेंगे। तो आज तक भी देश में हुआ क्या हुआ, नोटबंदी हुई, GST व्यापारियों का खून चूसने के लिए। तो हम जो नेशनल एजेंडे हैं वो हमने कॉमन मिनिमम प्रोग्राम PDA ने तय किया, हम आपको उसकी एक कॉपी दे देंगे। हमारा नेशनल एजेंडा है, उस एजेंडे पे PDA काम करेगा। बहुत सारे तुसी सोशल मीडिया से देखते होवोगे, कल्ला लुधियाना नहीं पूरे पंजाब दे विचों बहुत सारे अकाली दल कांग्रेस के लोग जिहड़े घुटन महसूस करते हो लोक इंसाफ पार्टी के विच घड़ा तक शुरू कीता। हाँ जी, मैं खुशकिस्मत होवांगा जे बिक्रम मजीठिया बच्चा बच्चा बोलता मजीठिया चिट्टा तोलता, चिट्टा गली गली आ चोर कुत्ती रली है, जेडे लोगों ने पंजाब की धरती से चिट्टे के गंध का बूटा ला के अज मावां ते भैणां दे बैण पाया, जिन्हां दे पुत ते भरा चिट्टे दे दैंत ने निकले आ। मैं खुशकिस्मत होवांगा जे बिक्रम मजीठिया लुधियाणे आके इलैक्शन लड़े।